ਵਾਲਾ ਬੱਟਾ ਕੋਈ ਵਰਸੇ ਮਾਰੇ ਉਹਨਾਂ ਦੇ ਚੰਗੇ ਚੱਲ ਗੱਡੀ ਵਾਲੇ ਨੇ ਚਲਾਈ। ਗੱਡੀ ਗੱਡੀ ਤਾਂ ਇੱਧਰੋਂ ਆਈ ਆਪਣੇ। ਕਿੰਨੇ ਜਾਣੇ ਸੀ ਗੱਡੀ ਵਿੱਚ? ਗੱਡੀ 'ਚ ਹੋਣੇ 5-7 ਜਾਣੇ। 5-7 ਜਾਣੇ ਅਤੇ ਮੋਟਰਸਾਈਕਲ 2 ਜਾਣੇ? ਮੋਟਰਸਾਈਕਲ 'ਤੇ ਵੀ 4-5 ਜਾਣੇ ਸੀਗੇ। ਅੱਛਾ 4-5 ਮੋਟਰਸਾਈਕਲ। ਹਾਂ ਇਹਨਾਂ ਜੀ ਆਪਣਾ ਨਾ ਨਾ ਹੈ ਜੋ ਤੁਸੀਂ ਆਪਣੀ ਅੱਖੀ ਦੇਖਿਆ ਸਾਰਾ ਕੁਝ ਮੋਟਰਸਾਈਕਲ? ਮੈਂ ਜਦੋਂ ਫਾਇਰ ਹੋਇਆ ਆਪਾਂ ਦੌੜ ਗਏ ਫਿਰ ਬਾਹਰ। ਅੱਛਾ ਫਾਇਰ ਵੀ ਕੀਤੀ ਉਹਨਾਂ ਨੇ? ਹਾਂ ਇੱਕ ਫਾਇਰ ਕੀਤਾ, ਮੈਂ ਫਿਰ ਦੌੜ ਗਿਆ। ਕਿਹੜੀ ਗੱਲ ਤੋਂ ਪਤਾ ਲੱਗਿਆ ਕੁਝ? ਕੁਛ ਵੀ ਨਹੀਂ, ਸਾਨੂੰ ਕੀ ਪਤਾ ਵੀ ਆਪਾਂ ਕਿਹੜਾ ਜਾਣਦੇ ਗਏ ਨੂੰ। ਨਹੀਂ ਇੱਥੇ ਲੜੇ ਕਿਹੜੀ ਗੱਲ ਤੋਂ ਲੈ ਕੇ? ਕੋਈ ਗੱਡੀ ਹਿੱਟ ਹੋਈ ਹੋਵੇ, ਐਕਸੀਡੈਂਟ ਹੋਇਆ ਹੋਵੇ? ਬਸ ਦੱਸਿਆ ਕੋਈ ਨਹੀਂ, ਇੱਥੇ ਆ ਗਏ, ਗੱਡੀ ਮਾਰੀ 2 ਮਿੰਟ ਖੜੇ ਹੋ ਮਗਰ 100 ਮੀਟਰ ਦੀ ਦੂਰੀ 'ਤੇ ਨਾਕਾ ਲੱਗਾ ਆ। ਉਹ ਤੋਂ ਅੱਗੇ ਦੁਗਲ ਢਾਬਾ ਪੈਂਦਾ ATM, ਅਤੇ ਕਾਰਾਂ ਧੋਣ ਦਾ ਕੰਮ ਚੱਲਦਾ ਉਹਦੇ ਲਾਗੇ। ਕੋਈ ਕਾਰਾਂ ਦੇ ਆਪਸ ਵਿੱਚ ਇਹਨਾਂ ਦੀ ਤਕਰਾਰ ਹੋਇਆ। ਇੱਕ ਕਾਰ ਦੇ ਵਿੱਚ ਕੋਈ 5-6 ਬੰਦੇ ਸੀਗੇ, ਉਹਦੇ ਪਿੱਛੇ ਨਾਲ ਮੋਟਰਸਾਈਕਲ ਵਾਲੇ ਬੰਦੇ ਸੀਗੇ, ਅਤੇ ਉਹ ਬੰਦੇ ਨੂੰ ਕੁੱਟਮਾਰ ਕਰਦੇ ਜਾਏ ਸੀਗੇ। ਅਤੇ ਸਾਨੂੰ ਆਣ ਕੇ ਦੱਸਿਆ ਕਿਸੇ ਰਾਹਗੀਰ ਨਾਮ ਵੀ ਬੰਦੇ ਉਹ ਵੱਢ ਟੁੱਕ ਕਰ ਰਹੇ ਆ। ਚਲੋ ਅਸੀਂ ਉਹਦੇ ਪਿੱਛੇ ਦੌੜੇ, ਉਹਨਾਂ ਦੇ ਪਿੱਛੇ ਉਹਨਾਂ ਕੋਲ ਕਾਰਾਂ ਸੀਗੀਆਂ, ਅਸੀਂ ਤੁਰ ਕੇ ਸੀਗੇ। ਉਹਨੀ ਫਿਰ ਉਹਨਾਂ ਦੇ ਰੌਂਦ ਵੀ ਫਾਇਰ ਕੀਤਾ, ਇੱਕ ਰੌਂਦ ਮੈਂ ਬਰਾਮਦ ਕਰ ਲਿਆ ਹੋਰ ਜਿਹੜਾ ਚੱਲਿਆ ਹੋਇਆ। ਹਾਂਜੀ ਲੋਕੀ ਪਬਲਿਕ ਦੱਸਦੀ ਆ ਵੀ ਉਹਨੇ 3-4 ਫਾਇਰ ਕੀਤੇ ਆ, ਫਾਇਰ ਕਰਦੇ ਆ ਟ੍ਰਾਂਸਪੋਰਟ ਨਗਰ ਵੱਲ ਨੂੰ ਚੱਲ ਗਿਆ। ਉਹਦੇ ਵਿੱਚੋਂ ਮੈਂ ਇੱਕ ਖੋਲ ਬਰਾਮਦ ਕਰਕੇ MIU ਨੂੰ ਦੇ ਦਿੱਤਾ, ਅਤੇ ਬਾਕੀ ਤਾਂ ਹੁਣ ਦੇਖ ਕੇ ਲੱਗਦੇ ਜੇ ਕੋਈ ਹੋਰ ਵੀ ਫਾਇਰ ਲੱਗ ਪਏ ਤਾਂ ਖੋਲ। ਤੁਹਾਡੇ ਕਹਿਣ ਦਾ ਮਤਲਬ ਜੋ ਤੁਸੀਂ ਅਜੇ ਤੱਕ ਦੱਸਿਆ ਹੈਗਾ ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਜਿਹੜੀ ਲੜਾਈ ਹੈ ਪਿੱਛੋਂ ਹੀ ਕਿਤੇ ਹੁੰਦੀ ਆਈ ਹੈ? ਹਾਂਜੀ ਹਾਂਜੀ, ਰੰਜਿਸ਼ ਪਿੱਛੋਂ ਕਿਤੇ ਪਿੱਛੋਂ ਹੋ ਸਕਦੀ ਹੈ ਜਾਂ ਪਹਿਲਾਂ ਰੰਜਿਸ਼ ਹੋ ਸਕਦੀ ਆ। ਹਾਂਜੀ ਫਾਇਰ ਜੀ 4 ਕਹਿੰਦੇ ਆ। ਹੁਣ IO ਸਾਹਿਬ ਨੂੰ ਮਾਮਲਾ ਦਰਜ ਕਰ ਲਿਆ, ਕੀ ਕੀਤਾ ਹੈ? ਹਾਂਜੀ ਹਾਂਜੀ ਮੈਂ ਕਾਲ ਕਰ ਦਿੱਤੀ ਕੰਟਰੋਲ 'ਤੇ ਜੀ, IO ਆ ਗਿਆ। IO ਹੁਣ ਦੇਖਭਾਲ, ਉਹਨਾਂ ਬੰਦਿਆਂ ਦੇ ਪਿੱਛੇ ਲੱਗੇ, ਉਹ ਗਏ, ਉਹਨਾਂ ਪਿੱਛੇ ਦੇਖਦੇ ਹਾਂ ਕੀ ਕਰ